जस पंजाबी देख रहे सारे दर्शकों का जी आया नूं, मैं हाँ तुहाडे नाल हरकीरत सिंह आलूवालिया। यह प्रोग्राम वो प्रोग्राम है जिस प्रोग्राम दे विच असी उन्हां मसलियां बारे गल करदे हाँ जो मसले तुहाडे हन, और उन्हां मसलियां दे उत्ते वक वक जथेबंदियां कर की रही हैं। कोशिश होंदी है जस ब्रॉडकास्टिंग टीम दी इस प्रोग्राम दे राही असी वो मसले सांझे करदे हाँ, और जब मसले सांझे करदे हाँ तो फिर कोशिश होंदी है कि इहदा रोड मैप किवें तैयार किया गया, क्योंकि ये मसले सांझे ने। इस सांझे मसले दे विच अज मैं सारे दर्शकों का स्वागत करदा। जस ब्रॉडकास्टिंग की टीम अज पहुंची है कौंसलेट जनरल ऑफ इंडिया न्यूयॉर्क विखे, जिथे अज गुरु नानक देव जी यानी कि पहली पातशाही का 550वां प्रकाश पुरब बड़े ही हर्षोल्लास नाल इस कौंसलेट जनरल ऑफ इंडिया न्यूयॉर्क एम्बैसी दे विच मनाया जाएगा। लेकिन अज जस ब्रॉडकास्टिंग की टीम उन्हां सारी सैलीब्रेशनस नूं तां तुहानूं दिखाएगा, लेकिन उहदे नाल नाल जिहड़े मसले सिख कौम दे हन उह वी जानण दी कोशिश करेगा, भावें उह मसला एम्बैसी नूं लैके इमीग्रेशन दा होवे, भावें उह मसला पासपोर्ट दा होवे, भावें उह मसला वीज़ा दा होवे। इत्थे पहुँचे वक वक जथेबंदियां दे नुमाइंदे की कुछ कहना चाहुंदे हन उह वी जानण दी कोशिश करांगे, नाल जानण दी कोशिश करांगे कौंसलेट जनरल इस मुतलक की कुछ सुनेहा अज इस प्रोग्राम राही साड़ी ऑडियंस नूं साड़े दर्शकों नूं देना चाहुंदे हन। करांगे उन्हां सारे सवालों के जवाब लैण दी कोशिश इस प्रोग्राम सांझे मसले दे विच। सो एक पासे कौंसलेट जनरल यानी कि इंडियन अंबैसी दे विच जिहड़े कौंसलेट जनरल हन वह 550वां प्रकाश पुरब तो गुरु साहब का यानी कि पहली पातशाह गुरु नानक देव जी का मना रहे हैं, लेकिन इस प्रोग्राम दे विच साडी कोशिश हैगी है कि किहड़े किहड़े मसले जिहड़े ने उन्हां नूं भी सुलझाउण की लोड़ हैगी है जमीनी पद्धर ते, जेकर सिख कम्यूनिटी की गल करिए। काफ़ी मुद्दे हैगे जिहड़े अपने सिख कम्यूनिटी नाल हैगे ने, ते मैं ते मेरे वड्डे भाई साहब मनजीत सिंह जी जी के असीं दो बार इत्थे कौंसलेट जनरल को आ चुके हाँ कि 84 दे जदों अपने रॉयट्स होए सीगे ਉਦੋਂ ਸਾਡੀਆਂ ਫੈਮਲੀਆਂ ਸਾਡੇ ਭਰਾ ਭੈਣ ਪੰਜਾਬ ਤੋਂ ਕਿਤੋਂ ਵੀ ਜਿਨ੍ਹਾਂ ਜਿਨ੍ਹਾਂ ਨਾਲ ਧੱਕਾ ਹੋਇਆ ਜਾਂ ਨਹੀਂ ਹੋਇਆ, ਸਾਡੇ ਹਾਲਾਤ ਇਹੋ ਜਿਹੇ ਸੀ ਕਿ ਸਾਨੂੰ ਇਸ ਮੁਲਕ ਦੇ ਵਿੱਚ ਆਉਣਾ ਪੈ ਗਿਆ, ਚਾਹੁੰਦੇ ਹੋਏ ਜਾਂ ਨਾ ਚਾਹੁੰਦੇ ਹੋਏ ਜੋ ਵੀ ਹਾਲਾਤ ਸਨ। ਅਤੇ ਉਹਨਾਂ ਨੇ ਇੱਥੇ ਆ ਕੇ ਪੋਲੀਟੀਕਲ ਅਸਾਇਲਮ ਲਿੱਤੇ, ਪੋਲੀਟੀਕਲ ਅਸਾਇਲਮ ਲੈਣ ਤੋਂ ਬਾਅਦ ਉਹਨਾਂ ਦਾ ਕੋਈ ਇੰਡੀਆ ਦੇ ਨਾਲ ਜਾਂ ਭਾਰਤ ਦੇ ਨਾਲ ਕੋਈ ਵਿਤਕਰਾ ਨਹੀਂ ਹੈਗਾ ਉਹਨਾਂ ਨੇ। ਇੰਦਰ ਜੀ ਮੈਂ ਤੁਹਾਨੂੰ ਇੱਥੇ ਜ਼ਰੂਰ ਇੱਕ ਵਾਰੀ ਕਹਿਣਾ ਚਾਹਾਂਗਾ, ਵੱਖ ਵੱਖ ਜਥੇਬੰਦੀਆਂ ਐਂ ਵੀ ਕਹਿੰਦੀਆਂ ਰੋਇਟਸ ਨਹੀਂ ਜੈਨੋਸਾਈਡ ਹੈ, ਤਾਂ ਤੁਸੀਂ ਕੀ ਮੰਨਦੇ ਹੋ? ਉਹ ਤਾਂ ਜੈਨੋਸਾਈਡ ਹੈਗਾ ਹੀ ਹੈ, ਇਟ ਇਜ਼ ਨਾਟ ਅ ਰਾਈਟ, ਇਟ ਇਜ਼ ਅ ਜੈਨੋਸਾਈਡ। ਉਹ ਤਾਂ ਬਿਲਕੁਲ ਕਤਲੇਆਮ ਹੋਇਆ ਸਾਡੇ ਨਾਲ, ਉਹ ਤਾਂ ਬਹੁਤ ਵੱਡਾ ਧੱਕਾ ਉਸਦਾ ਧੱਕੇ ਦਾ। ਮੈਂ ਵੀ ਇੱਥੇ ਉਸੇ ਕਰਕੇ ਹੀ ਹਾਂ, ਠੀਕ ਹੈ, ਆਈ ਐਮ ਆਲਸੋ ਵਨ ਆਫ ਦੈਟ ਪਰਸਨ। ਤੁਹਾਨੂੰ ਕੀ ਲੱਗਦਾ ਜਿਨ੍ਹਾਂ ਨੇ ਅਸਾਇਲਮ ਲਈ ਉਹਨਾਂ ਦੇ ਲਈ ਕੀ ਕਰਨਾ ਚਾਹੀਦਾ? ਜਿਹੜੇ ਅਸਾਇਲਮ ਲਿੱਤਾ ਜਿਨ੍ਹਾਂ ਨੇ ਉਹਨਾਂ ਦੇ ਜਿਹੜੇ ਅੱਗੇ ਬੱਚੇ ਹੋ ਗਏ, ਉਹਨਾਂ ਦੇ ਬੱਚੇ ਅੱਗੇ ਹੋ ਗਏ, ਬੱਚਿਆਂ ਦੇ ਬੱਚੇ ਹੋ ਗਏ, ਉਹਨਾਂ ਲੋਕਾਂ ਨੂੰ ਵੀ ਇੰਡੀਆ ਜਾਣ ਦੀ ਪ੍ਰਿਵਲੇਜ ਹੋਣੀ ਚਾਹੀਦੀ ਆ। ਉਹਨਾਂ ਵਿਚਾਰਿਆਂ ਦਾ ਕੀ ਕਸੂਰ ਹੈ? ਉਸ ਟਾਈਮ ਦੀ ਹਾਲਾਤ ਦੀ ਲੋੜ ਸੀ ਕਿ ਉਹਨਾਂ ਨੇ ਇਸ ਮੁੱਦੇ 'ਤੇ ਆਪਣਾ ਰਹਿਣ ਦਾ ਇੱਥੇ ਬੰਦੋਬਸਤ ਕੀਤਾ। ਉਹਨਾਂ ਦੇ ਜਦੋਂ ਪੇਪਰਸ ਹੋ ਗਏ, ਅੱਗੇ ਸਾਰਾ ਕੁਛ ਠੀਕ ਹੈ, ਉਹ ਅਗਲੇ ਆਪਣੇ ਮੁਲਕ ਜਾਣਾ ਚਾਹੁੰਦੇ ਨੇ, ਭਾਰਤ ਜਾਣਾ ਚਾਹੁੰਦੇ ਨੇ, ਲੈਟਸ ਵੈਲਕਮ ਦੈਮ। ਦਿਸ ਇਜ਼ ਦ ਮੇਨ ਮੁੱਦਾ, ਵੀ ਹੈਵ ਟੂ ਟਾਕ ਟੂ ਦ ਕੌਂਸਲੇਟ ਜਨਰਲ ਅਬਾਊਟ ਦਿਸ, ਐਂਡ ਵੀ ਆਰ ਟਾਕਿੰਗ। ਮਨਜੀਤ ਸਿੰਘ ਹੁਣੀ ਗੱਲ ਕਰ ਰਹੇ ਨੇ, ਔਰ ਐਕਸਟਰਨਲ ਅਫੇਅਰਸ ਮਿਨਿਸਟਰੀ ਤੋਂ ਸੁਸ਼ਮਾ ਸਵਰਾਜ ਨਾਲ ਵੀ ਗੱਲ ਕਰ ਚੁੱਕੇ ਨੇ ਇਸ ਮੁੱਦੇ, ਹੋਪ ਛੇਤੀ ਤੋਂ ਛੇਤੀ ਇਹ ਮੁੱਦਾ ਹੋਵੇ। ਤਾਂ ਸਾਂਝੇ ਮਸਲੇ ਦੇ ਵਿੱਚ ਅਸੀਂ ਵੱਖ ਵੱਖ ਜਿਹੜੀ ਪ੍ਰਤੀਕਿਰਿਆ ਉਹ ਲੈ ਰਹੇ ਹਾਂ। ਹੁਣ ਮੇਰੇ ਨਾਲ ਉਦਯੋਗਪਤੀ ਕਾਰੋਬਾਰੀ ਸੰਤ ਛਤਵਾਲ ਮੌਜੂਦ ਹਨ, ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰ ਲੈਂਦੇ ਹਨ ਕਿ ਉਹ ਇਸ ਐਂਬੈਸੀ ਦੇ ਵਿੱਚ ਪਹੁੰਚ ਕੇ ਕਿਸ ਤਰੀਕੇ ਦਾ ਮਹਿਸੂਸ ਕਰ ਰਹੇ ਹਨ, ਔਰ ਉਹ ਕੀ ਚਾਹੁੰਦੇ ਹਨ ਕਿ ਕਿਹੜੇ ਕਿਹੜੇ ਮਸਲਿਆਂ ਨੂੰ ਵੀ ਵੇਖਣਾ ਚਾਹੀਦਾ? ਇਹ ਪਹਿਲੀ ਦਫ਼ਾ ਕੌਂਸਲ ਜਨਰਲ ਦੇ ਵਿੱਚ ਫੰਕਸ਼ਨ ਹੋ ਰਿਹਾ, ਅਸੀਂ ਕੌਂਸਲ ਜਨਰਲ ਨੂੰ ਬਹੁਤ ਵਧਾਈਆਂ ਦਿੰਦੇ ਹਾਂ। ਅਤੇ ਇਸ ਤੋਂ ਵੱਧ ਸਾਡੀ ਖੁਸ਼ੀ ਨਹੀਂ ਹੋ ਸਕਦੀ ਕਿ ਸਾਡੀ ਸਾਰੀ ਨਿਊਯਾਰਕ ਤੋਂ, ਨਿਊਜਰਸੀ ਤੋਂ, ਕੈਨੇਡਾ ਸਾਰੀ ਸੰਗਤ ਇੱਥੇ ਆ ਕੇ ਕੌਂਸਲ ਜਨਰਲ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਜਨਮ ਦਿਨ ਦੀ ਦੇ ਲਈ
ਸਭ ਪ੍ਰੋਗਰਾਮ ਦੇ ਸ਼ਾਮਿਲ ਹੋ ਰਿਹਾ ਅਤੇ ਮੈਂ ਸਭ ਖਾਸ ਕਰਕੇ ਕੌਂਸਲ ਜਨਰਲ ਦਾ ਧੰਨਵਾਦ ਹਾਂ ਅਤੇ ਸਾਰਿਆਂ ਦਾ ਸਿੱਖ ਸੰਗਤਾਂ ਦਾ ਧੰਨਵਾਦ ਹਾਂ ਕਿ ਇਹ ਪ੍ਰੋਗਰਾਮ ਬੜਾ ਅੱਛੀ ਤਰੀਕੇ ਨਾਲ ਮਨਾਇਆ ਜਾ ਰਿਹਾ। ਛਤਵਾਲ ਸਾਹਿਬ, ਜਿਵੇਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵੱਖ ਵੱਖ ਅੰਬੈਸੀਆਂ ਦੇ ਵਿੱਚ ਇਹ ਪ੍ਰੋਗਰਾਮ ਬਣਾਇਆ ਜਾਏ ਔਰ ਜੋ ਬਣ ਵੀ ਰਿਹਾ ਵਾਸ਼ਿੰਗਟਨ ਡੀ ਸੀ ਵਿੱਚ ਵੀ ਹੋਇਆ, ਹੁਣ ਅੱਜ ਨਿਊਯਾਰਕ ਵਿਖੇ ਵੀ ਹੋ ਰਿਹਾ, ਕਿਹੜੀ ਕਿਹੜੀ ਹੋਰ ਉਮੀਦਾਂ ਲਗਾਈਆਂ ਜਾ ਸਕਦੀਆਂ ਜੇ ਕਿ ਉਹਨਾਂ ਨੂੰ ਧਿਆਨ ਦੇਣ ਦੀ ਲੋੜ? ਅੱਜ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ, ਅਸੀਂ ਉਸ ਦੇ ਉੱਤੇ ਫੋਕਸ ਕਰਦੇ ਹਾਂ। ਗੁਰੂ ਨਾਨਕ ਦੇਵ ਜੀ ਦਾ ਮਿਸ਼ਨ ਸਾਰੀ ਦੁਨੀਆ 'ਤੇ ਗਿਆ ਸੀ, ਸਾਰੇ ਵਰਲਡ 'ਚ ਟਰੈਵਲ ਕੀਤੇ ਹੈ। ਅਸੀਂ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਇੰਡੀਅਨ ਗਵਰਨਮੈਂਟ ਕੌਂਸਲ ਜਨਰਲ ਜਿਹਾ ਰਿਹਾ, ਗੁਰੂ ਨਾਨਕ ਦੇਵ ਜੀ ਦਾ ਸਾਰੀ ਦੁਨੀਆ 'ਤੇ ਗਿਆ, ਸਾਰੇ ਬੰਦੇ ਨੂੰ ਪੂਰਾ ਚਾਂਸ ਮਿਲੇਗਾ, ਹਰ ਕਿਸੇ ਨੂੰ ਕੋਈ ਵਿਜਿਟ ਦੇਖਣ ਨਹੀਂ, ਸਾਰੇ ਕਰਨਗੇ। ਅੱਜ ਸਿਰਫ ਫੰਕਸ਼ਨ ਦੇ ਉੱਤੇ ਅਸੀਂ ਗੱਲਬਾਤ ਕਰਨਾ ਚਾਹੁੰਦੇ ਹਾਂ। ਵਾਹਿਗੁਰੂ ਖਾਲਸਾ ਬਾਈ ਜੀ, ਬਹੁਤ ਬਹੁਤ ਧੰਨਵਾਦ। ਸੋ ਇਹ ਸੀਗੇ ਸੰਤ ਛਤਵਾਲ, ਜਿਨ੍ਹਾਂ ਨੇ ਗੱਲ ਕਹੀ ਕਿ ਅੱਜ ਉਹ ਆਪਣੇ ਪ੍ਰਤੀਕਰਮ ਹੋਰ ਮਸਲਿਆਂ ਦੇ ਉੱਤੇ ਨਹੀਂ ਦੇਣਾ ਚਾਹੁੰਦੇ, ਲੇਕਿਨ ਉਹਨਾਂ ਦਾ ਮੰਨਣਾ ਹੈ ਕਿ ਜਿਸ ਤਰੀਕੇ ਨਾਲ ਹੁਣ ਇੱਕ ਨਵੀਂ ਸ਼ੁਰੂਆਤ ਇਸ ਕੌਂਸਲ ਜਨਰਲ ਅੰਬੈਸੀ ਦੇ ਵਿੱਚ ਹੋਈ ਹੈ, ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪਹਿਲੀ ਦਫ਼ਾ ਇਸ ਅੰਬੈਸੀ ਦੇ ਵਿੱਚ ਮਨਾਇਆ ਜਾ ਰਿਹਾ ਹੈ, ਅਤੇ ਲੇਕਿਨ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਹੜੀ ਕਿਹੜੀ ਹੋਰ ਸੁਗਾਤ ਕੌਮ ਦੇ ਲਈ ਲੈ ਕੇ ਆ ਸਕਦੇ ਹਨ? ਜੇਕਰ ਹੁਣ ਗੱਲ ਕਰੀਏ ਹੋਰ ਵੱਖ ਵੱਖ ਮਸਲਿਆਂ ਦੀ, ਭਾਵੇਂ ਜਿਵੇਂ ਸਾਨੂੰ ਅਸਾਇਲਮ ਦੀ ਗੱਲ ਕੀਤੀ ਗਈ, ਭਾਵੇਂ ਇਸ 'ਤੇ ਗੱਲ ਕੀਤੀ ਗਈ ਕਿ ਕਿਸ ਤਰੀਕੇ ਨਾਲ ਪਾਸਪੋਰਟ ਨੂੰ ਲੈ ਕੇ ਵੀ ਇੱਥੇ ਕਈ ਵਾਰ ਸਾਡੀ ਕਮਿਊਨਿਟੀ ਨੂੰ ਪਰੇਸ਼ਾਨ ਹੋਣਾ ਪੈਂਦਾ, ਵੀਜ਼ੇ ਨੂੰ ਲੈ ਕੇ ਵੀ ਪਰੇਸ਼ਾਨ ਹੋਣਾ ਪੈਂਦਾ, ਕਿ ਉਹਨਾਂ ਦੇ ਉੱਤੇ ਵੀ ਹੁਣ ਸੈਂਟਰਲ ਗਵਰਨਮੈਂਟ ਜਾਂ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਚ ਰਹੇ ਹਨ, ਜਾਂ ਫਿਰ ਕੋਈ ਵੱਡੀ ਸੁਗਾਤ ਉਹ ਵੀ ਲੈ ਕੇ ਆ ਸਕਦੇ ਹਨ, ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ। ਹੋਰ ਵੀ ਵੱਖ ਵੱਖ ਸਾਡੇ ਨਾਲ ਹੋਰ ਲੋਕ ਇੱਥੇ ਮੌਜੂਦ ਨੇ, ਵੱਖ ਵੱਖ ਜਥੇਬੰਦੀਆਂ ਇੱਥੇ ਪਹੁੰਚੀ ਹੋਈ ਹਨ, ਜਾਣਨ ਦੀ ਕੋਸ਼ਿਸ਼ ਕਰਦੇ ਹਨ ਉਹਨਾਂ ਦੇ ਕੀ ਮਸਲੇ ਹਨ ਇਸ ਪ੍ਰੋਗਰਾਮ ਤੋਂ ਇਲਾਵਾ। ਅਸੀਂ ਚਾਹੁੰਦੇ ਹਾਂ ਕਿ ਜਿਹੜਾ ਕਿ ਗੁਰੂ ਨਾਨਕ ਦਾ ਸਰਬ ਸਾਂਝੀ ਵਾਲਤਾ ਦਾ ਮੈਸੇਜ ਹੈ, ਦਾ ਸੰਦੇਸ਼ ਹੈ, ਪੂਰੀ ਦੁਨੀਆ 'ਚ ਪਹੁੰਚਾਇਆ ਜਾਏ, ਯੂਨੀਵਰਸਲ ਪੀਸ ਐਂਡ ਬ੍ਰਦਰਹੁੱਡ। ਇਸ ਕਰਕੇ ਅਸੀਂ ਬਹੁਤ ਹੀ ਧੰਨਵਾਦੀ ਹੈਗੇ ਹਾਂ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਔਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਜੀ ਦੇ, ਜਿਨ੍ਹਾਂ ਨੇ ਕਿ ਪੂਰੀ ਦੁਨੀਆ ਵਿੱਚ ਇਹ ਗੁਰਪੁਰਬ, ਇਹ ਪ੍ਰੋਗਰਾਮ, ਇਹ ਉਪਰਾਲਾ ਕਰਨ ਦਾ ਅਨਾਊਂਸਮੈਂਟ ਕੀਤੀ ਹੈਗੀ ਹੈ। ਉਸੇ ਨੂੰ ਵੇਖਦੇ ਹੋਏ ਕਿ ਅੱਜ ਨਿਊਯਾਰਕ ਵਿੱਚ ਵੀ ਅਸੀਂ ਧੰਨਵਾਦੀ ਹਾਂ ਸਾਡੇ ਸੀ ਜੀ ਚੱਕਰਵਰਤੀ ਜੀ ਦੇ, ਜਿਨ੍ਹਾਂ ਨੇ ਇਹ ਪ੍ਰੋਗਰਾਮ ਸ਼ੁਰੂ ਵਿੱਚ ਹੀ ਇੱਥੋਂ ਸ਼ੁਰੂਆਤ ਕੀਤੀ ਹੈਗੀ ਹੈ। ਅਤੇ ਆਪ ਸਭ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ, ਔਰ ਨਾਲ ਹੀ ਅਸੀਂ ਹੁਣ ਭਾਈ ਬਲਦੀਪ ਸਿੰਘ ਜੀ ਨੂੰ ਕਹਿੰਦੇ ਹਾਂ ਕਿ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਬਹੁਤ ਬਹੁਤ ਨਮਸਕਾਰ, ਸਤਿ ਸ਼੍ਰੀ ਅਕਾਲ, ਸਲਾਮ ਅਲੈਕੁਮ, ਗੁੱਡ ਈਵਨਿੰਗ, ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੀ ਸਕਾਲਰਸ ਹੈਵ ਟ੍ਰਾਈਡ ਟੂ ਸੇ ਗੁਰੂ ਬਾਬਾ ਨਾਨਕ ਸੈਡ ਨਥਿੰਗ ਨਿਊ ਫੋਰ ਇਟ ਇਜ਼ ਆਲ ਰਿਟਨ। ਆਈ ਆਸਕ ਦਮ, ਸ਼ੋ ਮੀ ਸਮਵੇਅਰ ਵੇਅਰ ਓਂਕਾਰ ਇਜ਼ ਪ੍ਰੀਫਿਕਸਡ ਵਿਦ ਅ ਨਿਊਮੈਰਿਕ 1। ਹਿਸ ਥੀਸਿਸ ਇਜ਼ ਦੈਟ rest we will talk, we can talk on. Brahma also spoke every day, but in the end we would go naiti naiti, we can go on talking, we can go on yapping. The numeric ik, and it's not a linguistic ik, it is a numeric ik, and that is the magnificence of Baba Nanak. The way he values time, he says there's no time. If I have one moment with you, he shows you what can be shown in numeric ik in one bit. That's it, end of the story. Those who will wonder what is Gurbani Sangeet, people have even forgotten the name Gurbani Sangeet, it's even the name is recovered, and Karnataka Sangeet doing together on stage. The Mughal court could not impact the Gurbani Sangeet. My bloodline represents the uncolonized India. We never shook hands with the British. Within that map I saw British India, my lands were there, never colonized, and our music was not affected, never got colonized. And this whole academia now is understanding, oh wow, we never knew about it. And Karnataka Sangeet is only the other tradition which I found which is unaffected, and you will see the Andolit, we'll look at the ornaments, the Nad Yogic Alankar. By you, thank you very much.
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀ ਦੇ ਵਿੱਚ ਇੱਕ ਸ਼ਬਦ ਹੈ ਭਗਤ ਕਬੀਰ ਜੀ ਦਾ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਸੋ ਗੁਰੂ ਨਾਨਕ ਦੇਵ ਜੀ ਪੂਰੇ ਵੀ ਆਰ ਸੈਲੀਬ੍ਰੇਟਿੰਗ 550th ਬਰਥਡੇ ਸਟਾਰਟ ਕਰ ਰਹੇ ਹਾਂ ਅੱਜ, ਵਿਚ ਇਜ਼ ਕਮਿੰਗ ਇਨ ਨਵੰਬਰ। ਸੋ ਐਵਰੀਬੋਡੀ ਨੋਜ਼, ਬਿਕੋਜ਼ ਸਮ ਆਫ ਨੋਨ ਸਿੱਖਸ ਆਰ ਹੇਅਰ, ਸੋ ਆਈ ਵੁੱਡ ਲਾਈਕ ਟੂ ਸਪੀਕ ਲਿਟਲ ਬਿਟ ਇਨ ਇੰਗਲਿਸ਼। ਗੁਰੂ ਨਾਨਕ ਦੇਵ ਜੀ ਵਾਜ਼ ਬੋਰਨ ਔਨ 1469 ਐਂਡ ਹੀ ਲੈਫਟ ਦਿਸ ਵਰਲਡ ਇਨ 1539 ਐਟ ਦੀ ਏਜ ਆਫ 70। ਹੀ ਵਾਜ਼ ਨੋਟ ਓਨਲੀ ਗੁਰੂ ਆਫ ਸਿੱਖਸ, ਬਟ ਹੀ ਵਾਜ਼ ਗੁਰੂ ਆਫ ਆਲ ਹਿੰਦੂ, ਮੁਸਲਿਮ ਐਂਡ ਸਿੱਖਸ। At Guru Nanak Dev Ji time, we don't have this shape. But everybody that time, nobody was cutting beard, nobody was cutting hair. And anybody who listened to the preachings of Guru Ji, followed Guru Nanak Dev Ji, follower means Sikh. They were Sikh of Guru Nanak Dev Ji. So Guru Nanak Dev Ji in his life, ਭਾਈ ਸਾਹਿਬ ਜੀ, ਭਾਈ ਗੁਰਦੀਪ ਸਿੰਘ ਜੀ ਸਾਹਿਬ, ਥੈਂਕ ਯੂ ਭਾਈ ਸਾਹਿਬ ਜੀ ਕਮਿੰਗ ਹੇਅਰ, ਬਟ ਥੈਂਕ ਯੂ ਸੁਦੀਪ ਚੱਕਰਵਰਤੀ ਜੀ ਦੈਟ ਯੂ ਅਰੇਂਜ ਏਮ ਟੂ ਕਮ ਹੇਅਰ ਫੋਰ ਦਿਸ ਪ੍ਰੋਗਰਾਮ, ਐਵਰੀਬੋਡੀ ਇੰਜੋਏ। ਗੁਰੂ ਨਾਨਕ ਦੇਵ ਜੀ, ਹੀ ਆਲਸੋ ਟੋਲਡ ਬਿਫੋਰ, ਸਪੈਂਟ 24 ਈਅਰ ਇਨ ਸਮ ਕੰਟਰੀਜ਼ ਲਾਈਕ ਲੈਟਸ ਇੰਡੀਆ, ਭੂਟਾਨ, ਤਿੱਬਤ, ਸਿਲੋਨ, ਅਫਗਾਨਿਸਤਾਨ, ਰਸ਼ੀਆ, he went to Russia and he went to Makkah, Baghdad and some other Saudi Arabia countries and gave his message to the whole world that we are one, the humanity is one. He gave the message of truth, full life, and told everybody to believe in one God. I just want to share one story from his life. When he was 18 years old, his father Mehta Kaluji gave him 20 rupees to do some big business. I think 20 rupees, today's value, I don't know how many lakh rupees, that time 20 rupees were a lot of money. And told his son, Guru Nanak Dev Ji, go and do some good business, profitable business. Guru Nanak Dev Ji went and he sent Mardana Ji, Bhai Mardana Ji, with him to do this business. And Guru Nanak Dev Ji left the Talwandi and going to Chuhurkhana, that was the city, to find some business. But on the way, he saw some sadhus, some people who were hungry, who don't have clothes, who were thirsty. Guru Nanak Dev Ji thought there, he stayed there. He said, Mardana Ji, let's feed these people. They are hungry. Let's spend this 20 rupees on them. So Guru Nanak Dev Ji Maharaj brought food, clothes, water, and feed those people. And he told Mardana, this is the Sacha Sauda, this is the real business. So that time, the Guru Nanak Dev Ji spent $20, just to talk about the langar, that Guru Nanak, it came from Guru Nanak Darbar, Longaland. So that $20 turned into what? In the langar, that langar started with $20, now, if you see whole world, anybody hungry or we go to Gurdwara or anywhere in the world, millions of people are eating that langar without any cost. It's free food by Guru Nanak Dev Ji Maharaj. So this is the key. Thank you. So I was told to thank everybody. Thank you for everybody. And especially thank I want to give Sandeep Chakravarti Ji to arrange this program. ਭਾਈ ਬਲਦੇਵ ਸਿੰਘ ਜੀ ਦਾ ਜਿੰਨਾ ਵੀ ਸ਼ੁਕਰੀਆ ਕਰੀਏ ਘੱਟ ਹੈ। ਐਂਡ ਆਈ ਵਾਜ਼ ਜਸਟ ਥਿੰਕਿੰਗ ਅਬਾਊਟ ਸਿੱਖਸ ਇਨ ਅਮੈਰੀਕਾ, ਆਪਣੇ ਕੋ ਚੇਅਰਮੈਨ ਜੀ ਵਿੰਦਰ ਤਨੇਜਾ ਨੇ, ਐਂਡ ਹੀ ਜਸਟ ਟੋਲਡ ਮੀ ਕਿ ਯੈਸਟਰਡੇ ਵੀ ਆਰ ਸੈਲੀਬ੍ਰੇਟਿੰਗ ਗੁਰੂ ਨਾਨਕ ਦੇਵ ਜੀ ਬਰਥਡੇ ਇਨ ਲੌਂਗਲੈਂਡ ਵਿਦ ਦ ਹੈਲਪ ਆਫ ਆਲ ਗੁਰਦੁਆਰਾ ਇਨ ਕੁਈਨਸ, ਕਨੈਕਟੀਕਟ, ਮੈਰੀਲੈਂਡ, ਆਲ ਓਵਰ, ਲਾਈਕ ਟੂ ਰੇਜ ਅਬਾਊਟ 10,000 ਸੰਗਤ। ਐਂਡ ਆਈ ਵਾਜ਼ ਥਿੰਕਿੰਗ ਦੇਅਰ ਆਈ ਨੋ ਦੈਟ ਲੈਟਸ ਚੈੱਕ ਵਿਦ ਹਿਮ ਇਫ ਬਲਦੀਪ ਸਿੰਘ ਜੀ ਕਮ ਇਨ ਨਵੰਬਰ, ਇਫ ਇਜ਼ ਨੋਟ ਬੁੱਕਸ ਯੈਟ,
But even if we book for that day, we definitely not going same day. We will arrange something that all the Gurdwaras, all the neighbor states can come over there. We will find a date with the help of Gurdwara Guru Nanak Darbar, Longland, Hicksville, Gurdwara Guru Gobind Singh Sahib, Plainview, and Gurdwara Mata Sahib, Kaur Sahib, Glencore Sahib, and Master Ji there. Yes, Bakan Sharma Gurdwara, Gurdwara Richmond, all the Gurdwaras. He thought yesterday this idea, and we are going to do it with the help of the Sangha. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਕੌਂਸਲਰ ਜਨਰਲ ਨਿਊਯਾਰਕ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਜੋ ਪ੍ਰਕਾਸ਼ ਉਤਸਵ ਆ ਰਿਹਾ ਹੈ ਉਹ ਬੜੀ ਧੂਮਧਾਮ ਨਾਲ ਅੱਜ ਤੋਂ ਸ਼ੁਰੂਆਤ ਕੀਤੀ ਗਈ ਹੈ ਮਨਾਉਣ ਦੀ। ਭਾਰਤ ਸਰਕਾਰ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਆਪਣੀ ਪਾਰਟੀ ਵੱਲੋਂ ਅਤੇ ਆਪਣੇ ਏਰੀਆ ਨਿਊ ਜਰਸੀ ਸਾਰੇ ਵੱਲੋਂ ਜੀ। ਇਸੇ ਤਰ੍ਹਾਂ ਸਾਰੀਆਂ ਸੰਗਤਾਂ ਦੇ ਅੱਗੇ ਚਰਨਾਂ ਦੇ ਵਿੱਚ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਾ ਜੋ ਹੁਕਮ ਹੈ ਮਾਨਸ ਕੀ ਜਾਤ ਸਭੇ ਇੱਕ ਪਹਿਚਾਨਵੋ ਇਹ ਸਾਰੀ ਦੁਨੀਆ ਵਿੱਚ ਆਪਾਂ ਪਹੁੰਚਾਈਏ। ਅਤੇ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਸਾਰੀਆਂ ਸੰਗਤਾਂ ਨੂੰ ਦੁਬਾਰਾ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਦਿਵਸਦੀ ਹਾਂ ਜੋ ਆ ਰਿਹਾ ਹੈ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਦੇ ਮਹਾਂਵਾਕ ਅਨੁਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਸਾਰੇ ਸਿੱਖ ਕਮਿਊਨਿਟੀ ਜਿਹੜੀ ਹੈ ਵੱਖਰੇ ਵੱਖਰੇ ਗੁਰਦੁਆਰਿਆਂ ਤੋਂ ਔਰ ਦੂਸਰੇ ਧਰਮਾਂ ਦੇ ਲੋਕ ਵੀ ਇੱਥੇ ਕੌਂਸਲ ਜਨਰਲ ਦੇ ਨਿਊਯਾਰਕ ਵਿੱਚ ਆਏ ਨੇ ਜਿਨ੍ਹਾਂ ਨੇ ਇਹ 550ਵਾਂ ਸਾਲ ਜਿਹੜਾ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਮਨਾਉਣਾ ਉਹਦੇ ਸੰਬੰਧ ਵਿੱਚ ਪਹਿਲਾ ਪ੍ਰੋਗਰਾਮ ਜਿਹੜਾ ਸ਼ੁਰੂ ਕੀਤਾ। ਔਰ ਇਸ ਪ੍ਰੋਗਰਾਮ ਦੀ ਇੱਕ ਸੀਤ ਰਹੀ ਹੈ ਵੀ ਭਾਈ ਬਲਦੀਪ ਸਿੰਘ ਜੀ ਜਿਨ੍ਹਾਂ ਦਾ ਬੜਾ ਮੈਂ ਸਮਝਣਾ ਵੱਡਾ ਨਾਮ ਹੈ ਔਰ ਉਹਨਾਂ ਨੇ ਗੁਰਬਾਣੀ ਨੂੰ ਰਾਗਾਂ ਦੇ ਵਿੱਚ ਗਾ ਕੇ ਉਹ ਮਾਹੌਲ ਬੰਨਿਆ ਜਿਹਦਾ ਨਜ਼ਾਰਾ ਵੇਖਿਆ ਹੀ ਬਣਦਾ। ਔਰ ਜਿੰਨਾ ਆਨੰਦ ਮੈਂ ਸਮਝਣਾ ਅੱਜ ਕੀਰਤਨ ਸੁਣ ਕੇ ਆਇਆ ਸ਼ਾਇਦ ਇੰਨਾ ਆਨੰਦ ਅੱਗੇ ਕਦੀ ਨਾ ਆਇਆ ਹੋਵੇ। ਔਰ ਇਹ ਗੱਲ ਬਿਲਕੁਲ ਠੀਕ ਹੈ ਵੀ ਜਦੋਂ ਅਸੀਂ ਰਾਗਾਂ 'ਚ ਗਾਉਂਦੇ ਹਾਂ ਤਾਂ ਉਹ ਜਿਹੜੇ ਲਫਜ਼ ਨੇ ਜਿਹੜੇ ਵਰਡਸ ਨੇ ਜਿਹੜੇ ਸ਼ਬਦ ਨੇ ਉਹਨਾਂ ਦਾ ਪ੍ਰਭਾਵ ਜਿਹੜਾ ਉਹ ਬਣਦਾ ਔਰ ਉਹ ਪ੍ਰਭਾਵ ਜਿਹੜਾ ਸਾਡੇ ਦਿਲਾਂ 'ਤੇ ਵੀ ਬਣਿਆ ਔਰ ਸਾਨੂੰ ਸਾਰਿਆਂ ਨੂੰ ਉਸ ਗੱਲ ਦੀ ਬੜੀ ਚੰਗੀ ਸਮਝ ਆਈ ਹੈ। ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਜਿਹੜਾ ਇਹ ਚੌਂ ਵਰਨਾਂ ਲਈ ਸਾਂਝਾ ਹੈ। ਗੁਰੂ ਨਾਨਕ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਜਿਹੜਾ ਸਾਡਾ ਸਿੱਖਾਂ ਦਾ ਹੁਣ ਗੁਰੂ ਹੈ ਉਸ ਨੂੰ ਪੜ੍ਹ ਕੇ ਕਿਸੇ ਵੀ ਜਾਤ ਕਿਸੇ ਬਰਾਦਰੀ ਕਿਸੇ ਰੰਗ ਕਿਸੇ ਧਰਮ ਕਿਸੇ ਬੋਲੀ ਵਾਲਾ ਵੀ ਉਸ ਨੂੰ ਪੜ੍ਹ ਕੇ ਉਹਦੇ ਵਿੱਚੋਂ ਜਿਹੜੀਆਂ ਸਿੱਖਿਆਵਾਂ ਨੇ ਉਹ ਪ੍ਰਾਪਤ ਕਰ ਸਕਦਾ ਔਰ ਉੱਚਾ ਜੀਵਨ ਜਿਹੜਾ ਬਣ ਸਕਦਾ। ਗੁਰੂ ਨਾਨਕ ਸਾਹਿਬ ਨੇ ਤਾਂ ਸਾਰਿਆਂ ਨੂੰ ਕਿਹਾ ਵੀ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਏਕ ਨੂਰ ਅਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ ਔਰ ਸੱਚੋ ਉਰੇ ਸਭ ਕੋ ਉੱਪਰ ਸੱਚ ਆਚਾਰ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਇਹ ਜਿਹੜੇ ਸਰਵ ਪ੍ਰਮਾਣਿਤ ਯੂਨੀਵਰਸਲ ਪ੍ਰਿੰਸੀਪਲ ਨੇ ਜਿਨ੍ਹਾਂ ਨੂੰ ਸਾਰੀ ਦੁਨੀਆ ਦੇ ਸਿਆਣੇ ਲੋਕ ਮੰਨਦੇ ਨੇ ਉਹਦਾ ਪ੍ਰਚਾਰ ਜਿਹੜਾ ਸਾਰੀ ਮਾਨਵਤਾ 'ਚ ਕੀਤਾ ਵੱਖਰੇ ਵੱਖਰੇ ਥਾਂ 'ਤੇ ਜਾ ਕੇ ਵੱਖਰੇ ਵੱਖਰੀਆਂ ਪਲੇਸਿਸ 'ਤੇ ਜਾ ਕੇ ਇਸ ਉਪਦੇਸ਼ ਨੂੰ ਵੀ ਪਰਮਾਤਮਾ ਇੱਕ ਹੈ ਔਰ ਅਸੀਂ ਸਾਰੇ ਉਸ ਦੀ ਸੰਤਾਨ ਹਾਂ ਉਪਦੇਸ਼ ਜਿਹੜਾ ਸਾਰਿਆਂ ਨੂੰ ਦਿੱਤਾ। ਸੋ ਮੈਂ ਸਮਝਣਾ ਅਸੀਂ ਕੌਂਸਲ ਜਨਰਲ ਦੇ ਥੈਂਕਫੁੱਲ ਹਾਂ ਕੋਈ ਵੀ ਚੰਗਾ ਕੰਮ ਕਰੇ ਅਤੇ ਅਸੀਂ ਉਸਦੇ ਬੜੇ ਆਭਾਰੀ ਹਾਂ ਵੀ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਅਰੇਂਜ ਕੀਤਾ। ਅਸੀਂ ਗੁਰਦੁਆਰਾ ਬਾਬਾ ਮੱਖਣ ਸ਼ਾਲ ਬਾਣਾ ਸਿੱਖ ਸੈਂਟਰ ਦੀ ਸਾਰੀ ਟੀਮ ਜਿਹੜੀ ਹੈ ਮੈਨੇਜਮੈਂਟ ਜਿਹੜੀ ਹੈ ਉਹ ਇੱਥੇ ਆਈ ਹੈ ਔਰ ਇਸ ਪ੍ਰੋਗਰਾਮ ਦਾ ਅਸੀਂ ਆਨੰਦ ਜਿਹੜਾ ਮਾਣਿਆ ਔਰ ਨਾਲ ਦੇ ਨਾਲ ਉਸ ਰੱਬ ਦਾ ਸ਼ੁਕਰਗੁਜ਼ਾਰ ਵੀ। ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਸਾਲਾ ਪ੍ਰਕਾਸ਼ ਪੁਰਬ ਜੋ ਨਵੰਬਰ ਵਿੱਚ ਆ ਰਿਹਾ ਹੈ ਉਸ ਦੀ ਬੜੀ ਅੱਛੀ ਸ਼ੁਰੂਆਤ ਕੌਂਸਲਰ ਜਨਰਲ ਆਫ ਇੰਡੀਆ ਜਿਨ੍ਹਾਂ ਨੇ ਅੱਜ ਕੀਤੀ ਹੈ। ਬੜੀ ਖੁਸ਼ੀ ਹੈ ਕਿ ਜਦੋਂ ਮਹਾਂਪੁਰਸ਼ਾਂ ਦੇ ਗੁਰਪੁਰਬ ਜਿਹੜੇ ਹਨ ਉਹ ਇਹੋ ਜਿਹੀਆਂ ਜਗ੍ਹਾ 'ਤੇ ਮਨਾਏ ਜਾਣ ਅਤੇ ਬਾਬੇ ਨਾਨਕ ਦਾ ਜਿਹੜਾ ਉਪਦੇਸ਼ ਹੈ ਉਸ ਨੂੰ ਜਿਹੜਾ ਹੈ ਪੂਰੀ ਲੁਕਾਈ ਤੱਕ ਪਹੁੰਚਾਉਣ ਦਾ ਜਿਹੜਾ ਉਪਰਾਲਾ ਹੈ ਜਿਸ ਤਰ੍ਹਾਂ ਜਨਰਲ ਆਫ ਕੌਂਸਲੇਟ ਨੇ ਕੀਤਾ ਹੈ ਇਸੇ ਤਰ੍ਹਾਂ ਹੀ ਹੋਰ ਸਾਰੇ ਅਦਾਰੇ ਜਿੱਥੇ ਜਿੱਥੇ ਵੀ ਬਾਬੇ ਨਾਨਕ ਦੀ ਪੁੱਛ ਇੱਛਾਵਾਂ ਪਹੁੰਚੀਆਂ ਹਨ ਸੁਭ ਇੱਛਾਵਾਂ ਜਿੱਥੇ ਜਿੱਥੇ ਵੀ ਪਹੁੰਚੀਆਂ ਹਨ ਉਹਨਾਂ ਨੂੰ ਅੱਗੇ ਦੂਰ ਦਰੇਡੇ ਹੋਰ ਲੁਕਾਈ ਤੱਕ ਪਹੁੰਚਾਉਣ ਲਈ ਜਿਹੜੇ ਵੀ ਉਪਰਾਲੇ ਕੀਤੇ ਜਾਣ ਉਹ ਸਰਾਹਣਾ ਯੋਗ ਹਨ। ਮੈਂ ਜਨਰਲ ਆਫ ਕੌਂਸਲੇਟ ਜਨਰਲ ਇੰਡੀਆ ਦਾ ਅੱਜ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਇਹ ਉਪਰਾਲਾ ਕਰਕੇ ਇੱਕ ਚੰਗੀ ਪਿਰਤ ਪਾਈ ਹੈ ਅਤੇ ਜੇ ਇਹ ਇਸਦਾ ਹੀ ਚੰਗੇ ਪ੍ਰੋਗਰਾਮ ਕਰਦੇ ਰਹਿਣਗੇ ਅਸੀਂ ਹਮੇਸ਼ਾ ਇੱਥੇ ਇਕੱਠੇ ਹੋ ਕੇ ਇਹਨਾਂ ਦਾ ਸਾਥ ਦਿੰਦੇ ਰਹਾਂਗੇ। ਮੈਂ ਇਹ ਅਪੀਲ ਕਰਦਾ ਹਾਂ ਕਿ ਸਾਰੇ ਸਿੱਖ ਜਗਤ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋ ਪ੍ਰਕਾਸ਼ ਪੁਰਬ ਆ ਰਿਹਾ ਹੈ
ਉਸ ਦੇ ਉਪਦੇਸ਼ ਜਿਹੜੇ ਹਨ ਆਪ ਚੱਲਣ ਦੀ ਕੋਸ਼ਿਸ਼ ਕਰੀਏ ਅਤੇ ਪੂਰੇ ਹੋਰ ਲੋਕਾਈ ਜਿਹੜੀ ਹੈ ਉਸ ਨੂੰ ਵੀ ਉਸ ਦੇ ਉਪਦੇਸ਼ ਜਿਹੜੇ ਹਨ ਉਹਨਾਂ ਤੋਂ ਜਾਣੂ ਕਰਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਅੱਜ ਤੋਂ ਤਕਰੀਬਨ 550 ਸਾਲ ਪਹਿਲਾਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਜੋ ਨਨਕਾਣਾ ਧਰਤੀ 'ਤੇ ਪ੍ਰਗਟ ਹੋਏ, ਇੱਕ ਐਸਾ ਨੂਰ ਸੀ ਜੋ ਅੱਜ ਤੱਕ ਸਾਰੀ ਦੁਨੀਆ ਵਿੱਚ ਚਾਨਣ ਕਰ ਰਿਹਾ ਹੈ। ਉਹਨਾਂ ਦੀ ਜੋ ਸਿਧਾਂਤ ਹੈ, ਨਾਮ ਜਪਣਾ ਵਣ ਛਕਣਾ, ਕਿਰਤ ਕਰਨੀ ਨਾਮ ਜਪਣਾ ਵਣ ਛਕਣਾ, ਇਸ ਸਿਧਾਂਤ ਨੂੰ ਤਕਰੀਬਨ ਸਾਰੀ ਦੁਨੀਆ ਵਿੱਚ ਅਸੀਂ ਸਾਰਿਆਂ ਦਾ ਫਰਜ਼ ਬਣਦਾ ਕਿ ਜੋ ਗੁਰੂ ਨਾਨਕ ਨਾਮ ਲਿਵਾ ਨੇ ਉਹ ਸਾਰੇ ਸੰਸਾਰ ਵਿੱਚ ਇਹਦਾ ਪ੍ਰਚਾਰ ਕਰਨ। ਗੁਰੂ ਨਾਨਕ ਜੀ ਨੇ ਅੱਜ ਤੋਂ ਤਕਰੀਬਨ 550 ਸਾਲ ਪਹਿਲਾਂ ਜੋ 20 ਰੁਪਏ ਨਾਲ ਲੰਗਰ ਸ਼ੁਰੂ ਕੀਤਾ ਸੀ, ਅੱਜ ਸਾਰੇ ਸੰਸਾਰ ਵਿੱਚ ਉਹ ਲੰਗਰ ਚੱਲ ਰਿਹਾ। ਉਹਨਾਂ ਦੀਆਂ ਸਿੱਖਿਆਵਾਂ ਸੀ, ਸੋ ਕਿਉਂ ਮੰਦਾ ਆਖੀਐ ਜਿੱਤ ਜੰਮੇ ਰਾਜਾਨ। ਉਹਨਾਂ ਨੇ ਔਰਤ ਨੂੰ ਇੱਕ ਐਸੀ ਸ਼ਾਨ ਸ਼ੌਕਤ ਦਿੱਤੀ, ਮਰਦ ਦੇ ਬਰਾਬਰ ਖੜ੍ਹਾ ਕੀਤਾ, ਜੋ ਅੱਜ ਦੇ ਸੰਸਾਰ ਵਿੱਚ ਵੀ ਇਸ ਦੀ ਪ੍ਰਸ਼ੰਸਾ ਚੱਲ ਰਹੀ ਹੈ। ਗੁਰੂ ਨਾਨਕ ਦੇ ਸਿਧਾਂਤ ਜੋ ਸਾਰੀ ਪਬਲਿਕ ਵਾਸਤੇ, ਸਾਰੀ ਮਨੁੱਖਤਾ ਵਾਸਤੇ ਸਾਂਝੀ ਵਲਤਾ ਹੈ, ਜਿਨ੍ਹਾਂ ਨੇ ਸਾਰੇ ਸੰਸਾਰ ਨੂੰ ਆਪਣੇ ਹੱਥਾਂ ਵਿੱਚ ਲਿੱਤਾ। ਔਰ ਇਹ ਕਿਹਾ ਕਿ ਨਾ ਕੋਈ ਹਿੰਦੂ ਨਾ ਮੁਸਲਮਾਨ, ਨਾ ਕੋਈ ਵੈਰੀ ਨਾ ਹੀ ਬੇਗਾਨਾ, ਔਲਿਆਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ। ਇਹ ਸਾਰਾ ਸੰਸਾਰ ਜੋ ਹੈ ਉਸ ਕੁਦਰਤ ਦੇ ਬੰਦੇ ਨੇ। ਸੋ ਇਹ ਜਿਹੜਾ ਮਿਸ਼ਨ ਹੈ, ਇਹ ਜਿਹੜਾ ਪ੍ਰਚਾਰ ਹੈ, ਇਹ ਸਾਨੂੰ ਜੋ 550 ਸਾਲ ਵਾ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਆ ਰਿਹਾ ਹੈ, ਸਾਨੂੰ ਚਾਹੀਦਾ ਕਿ ਇਹਨੂੰ ਸਾਰੇ ਸੰਸਾਰ ਤੱਕ ਇਹਨੂੰ ਪਹੁੰਚਾਈਏ। ਖਾਸ ਕਰ ਮੀਡੀਆ ਦਾ ਬਹੁਤ ਫਰਜ਼ ਬਣਦਾ ਹੈ, ਅੱਜ ਕੱਲ੍ਹ ਦੁਨੀਆ ਜੋ ਹੈ ਮੀਡੀਆ ਦੇਖਦੀ ਹੈ, ਮੀਡੀਆ ਨਾਲ ਚੱਲਦੀ ਹੈ। ਸੋ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਇਹ ਸਾਰੇ ਜੋ ਉਹਨਾਂ ਦੇ ਸਿਧਾਂਤ ਨੇ ਅਸੀਂ ਦੁਨੀਆ ਤੱਕ ਪਹੁੰਚਾਈਏ। ਮੈਂ ਗੁਰੂ ਨਾਨਕ ਦਰਬਾਰ ਵੱਲੋਂ ਜੋ ਅੱਜ ਇਸ ਕੌਂਸਲੇਟ ਜਨਰਲ ਕੌਂਸਲੇਟ ਆਫ ਇੰਡੀਆ ਵਿੱਚ ਇਹ ਪ੍ਰੋਗਰਾਮ ਕੀਤਾ ਗਿਆ, ਮੈਂ ਇਹਨਾਂ ਦਾ ਵੀ ਧੰਨਵਾਦ, ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹਨਾਂ ਦਾ ਅਤੇ ਭਾਰਤ ਸਰਕਾਰ ਦੇ ਅਸੀਂ ਧੰਨਵਾਦੀ ਹਾਂ ਜਿਨ੍ਹਾਂ ਨੇ ਕਿ ਇਹ ਪ੍ਰੋਗਰਾਮ ਸ਼ੁਰੂ ਕੀਤਾ। ਪੂਰਾ 1 ਸਾਲ ਚੱਲੇਗਾ, 550ਵਾਂ ਜੋ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਆ ਰਿਹਾ, ਇਸ ਦੇ ਸੰਬੰਧ ਵਿੱਚ ਮੈਂ ਸਾਰੀ ਦੁਨੀਆ ਨੂੰ, ਸੰਸਾਰ ਦੀ ਲੋਕਾਈ ਨੂੰ ਗੁਰੂ ਨਾਨਕ ਦਰਬਾਰ ਦੇ ਪ੍ਰਬੰਧਕਾਂ ਵੱਲੋਂ ਔਰ ਸੰਗਤਾਂ ਵੱਲੋਂ ਲੱਖ ਲੱਖ ਵਧਾਈ ਦਿੰਦਾ ਹਾਂ। ਮੇਰੇ ਨਾਲ ਸਰਦਾਰ ਬਲਬੀਰ ਸਿੰਘ ਖੜ੍ਹੇ ਹਨ, ਇਹਨਾਂ ਹੀ ਮੈਂ ਬੇਨਤੀ ਕਰਾਂਗਾ ਇਹ ਵੀ ਵਧਾਈ ਦੇਣ। ਨਾਸਰ ਮਨਸੂਰ ਗੁਰੂ ਗੋਬਿੰਦ ਸਿੰਘ, ਸ਼ਾਹਿਨ ਸ਼ਾਹਿਸ਼ਾਹ ਗੁਰੂ ਗੋਬਿੰਦ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸ ਸਾਰੀ ਸਿੱਖ ਸੰਗਤਾਂ ਨੂੰ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਨਮ ਦਿਨ ਦੀ, 350ਵੇਂ ਸਾਲ ਦੀ ਆਗਮਨ ਦੀ ਲੱਖ ਲੱਖ ਵਧਾਈ ਦਿੰਦਾ ਹਾਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਲਾਈਫ ਵਿੱਚ ਉਹਨਾਂ ਨੇ ਨਾ ਸਿਰਫ ਸੇਵਾ ਸਿੱਖ ਪੰਥ ਦੀ ਕੀਤੀ ਹੈਗੀ, ਉਹਨਾਂ ਨੇ ਇੱਕ ਤਰੀਕੇ 'ਤੇ ਹਿੰਦੂ ਪੰਥ ਦੀ ਵੀ ਸੇਵਾ ਕੀਤੀ ਹੈਗੀ। ਜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ਼ਹਾਦਤ ਨਾ ਦਿੰਦੇ, ਅੱਜ ਸ਼ਾਇਦ ਹਿੰਦੁਸਤਾਨ ਦਾ ਕਲਚਰ ਹੀ ਕੁਛ ਹੋਰ ਹੀ ਹੁੰਦਾ। ਜੋ ਅਸੀਂ ਤਾਂ ਸਿੱਖ, ਸਾਡਾ ਫਰਜ਼ ਹੁੰਦਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਮਨਾਈਏ, ਗੁਰਪੁਰਬ ਮਨਾਈਏ, ਪਰ ਮੈਂ ਇਹ ਕਹਾਂਗਾ ਕਿ ਹਿੰਦੂ ਸੰਗਤ, ਹਿੰਦੂ ਲੋਕ ਵੀ ਇਹਦਾ ਸਾਡੇ ਤੋਂ ਵੀ ਜ਼ਿਆਦਾ ਮਨਾਉਣਾ ਚਾਹੀਦਾ ਹੈਗਾ, ਕਿ ਜੋ ਸੇਵਾ ਉਹ ਧਰਮ ਦੀ ਹੋਈ ਹੈ, ਸ਼ਾਇਦ ਕਿਸੇ ਧਰਮ ਦੀ ਵੀ ਹੋਈ ਹੋਵੇ। ਮੈਂ ਸਤ ਸੰਗਤ ਸੰਗਤਾਂ ਨੂੰ ਸਭ, ਮੈਂ ਇਹ ਬੇਨਤੀ ਕਰਾਂਗਾ ਕਿ ਜੋ 13 ਤਰੀਕ ਨੂੰ, ਜਨਵਰੀ 13 ਨੂੰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਮਨਾਇਆ ਗਿਆ, ਉਸ ਵਿੱਚ ਕੁਛ ਗੱਲਾਂ ਹੋ ਰਹੀਆਂ ਨੇ, ਜੋ 5 ਨੂੰ ਮਨਾਇਆ ਜਾਵੇ ਜਾਂ 13 ਨੂੰ ਮਨਾਇਆ ਜਾਵੇ, ਮੈਂ ਇਤਨਾ ਕਹਾਂਗਾ ਕਿ ਜੋ ਸਾਡੇ ਹਰ ਦੁਨੀਆ ਦੇ ਵਿਚਕਾਰ ਇੱਕ ਸੈਂਟਰ ਹੁੰਦਾ ਹੈ, ਹਰ ਕੰਟਰੀ ਦਾ ਇੱਕ ਸੈਂਟਰ ਹੈਗਾ, ਜੋ ਉਹਨੂੰ ਕੈਪੀਟਲ ਕਹਿੰਦੇ ਨੇ। ਕੈਪੀਟਲ ਦੇ ਵਿਚਕਾਰ ਪ੍ਰਧਾਨ ਮੰਤਰੀ ਹੁੰਦਾ ਜਾਂ ਪ੍ਰੈਜ਼ੀਡੈਂਟ ਹੁੰਦਾ, ਜੋ ਉਹ ਪ੍ਰਧਾਨ ਇੱਕ ਲਾਅ ਪਾਸ ਕਰਦਾ, ਹੁਕਮ ਕਰਦਾ, ਅਤੇ ਉਹ ਸਾਰਾ ਕੰਟਰੀ ਉਹਨੂੰ ਮੰਨਦੀ ਹੈ, ਜੋ ਨਾ ਮੰਨੇ ਤਾਂ ਉਹਨਾਂ ਨੂੰ ਪਨਿਸ਼ਮੈਂਟ ਮਿਲਦੀ ਹੈ। ਸਾਡੇ ਸਭ ਦੁਨੀਆ ਦੇ ਵਿਚਕਾਰ ਹਰ ਧਰਮ ਦਾ ਇੱਕ ਕੇਂਦਰ ਹੈ, ਜਿਸ ਤਰ੍ਹਾਂ ਕਿ ਅਸੀਂ ਚਲੇ ਜਾਈਏ ਜੁਡੇਇਜ਼ਮ ਵਿੱਚ, ਉਹਨਾਂ ਦਾ ਜੂਰੂਸਲਮ ਹੈਗਾ, ਜਦੋਂ ਰੱਬ ਆਏ ਜੂਰੂਸਲਮ ਦੇ ਵਿਚਕਾਰ ਕੋਈ ਹੁਕਮ ਦਿੰਦਾ ਤਾਂ ਉਹ ਸਾਰੀ ਜੂਇਸ਼ ਸਭਿਅਤਾ ਉਹਨੂੰ ਮੰਨਦੀ ਹੈ। ਇਸੇ ਤਰ੍ਹਾਂ ਕ੍ਰਿਸਚੈਨਿਟੀ, ਜੋ ਰੋਮ ਕੈਥੋਲਿਕ ਹੈਗੇ, ਜੋ ਉਹਨਾਂ ਦੇ ਵਾਟੀਕਾਨ ਵਿੱਚ ਉਹਨਾਂ ਦਾ ਸੈਂਟਰ ਹੈਗਾ, ਜਦੋਂ ਪੋਪ ਉੱਥੇ ਕੋਈ ਫਰਮਾਨ ਦਿੰਦਾ ਹੈਗਾ ਤਾਂ ਸਾਰੇ ਕ੍ਰਿਸਚੈਨਿਟੀ ਉਹਨੂੰ ਮੰਨਦੀ ਹੈਗੀ। ਇਸੇ ਤਰ੍ਹਾਂ ਮੁਸਲਮਾਨ ਹੈਗੇ, ਜੋ ਉਹਨਾਂ ਦਾ ਮੱਕਾ ਹੈਗਾ, ਜਦੋਂ ਮੱਕੇ ਵਿੱਚ ਮੁੱਲਾ ਕੋਈ ਜਦੋਂ ਵੀ ਕਿ ਬੋਲਦੇ ਨੇ ਕਿ ਚਲੋ ਜੀ ਅੱਜ ਈਦ ਇਸ ਦਿਨ ਹੈਗੀ, ਅਤੇ ਸਾਰਾ ਮੁਸਲਮਾਨ ਜਗਤ ਉਸ ਦਿਨ ਨੂੰ ਉਸੇ ਦਿਨ ਮਨਾਉਂਦਾ ਹੈਗਾ ਜਦੋਂ ਰੋਜ਼ੇ ਖੁੱਲ੍ਹਦੇ ਨੇ, ਕਿਸ ਟਾਈਮ ਹੁੰਦਾ ਹੈਗਾ, ਕਿਸ ਟਾਈਮ ਇਫਤਾਰੀ ਕਰਨੀ ਹੁੰਦੀ ਹੈ। ਇਸੇ ਤਰ੍ਹਾਂ ਸਿੱਖਾਂ ਦਾ ਵੀ ਆਪਣਾ ਇੱਕ ਕੇਂਦਰ ਹੈਗਾ।
ਕੇਂਦਰ ਹੈਗਾ, ਉਹਦਾ ਕੈਪੀਟਲ ਹੈਗਾ ਅੰਮ੍ਰਿਤਸਰ, ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਹੈਗਾ, ਦਰਬਾਰ ਸਾਹਿਬ ਦੇ ਵਿਚਕਾਰ ਅਕਾਲ ਤਖ਼ਤ ਹੈਗਾ। ਜੋ ਹੁਕਮ ਅਕਾਲ ਤਖ਼ਤ ਨੂੰ ਆਉਂਦਾ ਉਹ ਸਾਰੇ ਸਿੱਖ ਜਗਤ ਨੂੰ ਮੰਨਣਾ ਚਾਹੀਦਾ। ਜੇ ਅਸੀਂ ਇੱਕ ਸੈਂਟਰ ਨਾ ਮਿਲੇ ਹੋਵਾਂਗੇ ਅਸੀਂ ਤਿੱਤਰ ਪਿੱਤਰ ਨਹੀਂ ਹੋਵਾਂਗੇ। ਜੇ ਅਸੀਂ ਇੱਕ ਸੈਂਟਰ ਦੇ ਨਾਲ ਕੋਨਸਨਟਰੇਟ ਨਹੀਂ ਕਰਾਂਗੇ ਅਸੀਂ ਸਾਰੇ ਸਿੱਖ, ਹਰ ਕੋਈ ਆਪਣੇ ਹਿਸਾਬ ਦੇ ਨਾਲ, ਕੋਈ ਗੁਰਪੁਰਬ ਕੋਈ ਡੇਟਾਂ ਨੂੰ ਉਹ ਡੇਟਾਂ ਨੂੰ ਮਨਾਉਂਦਾ ਰਹੇਗਾ। ਇਹ ਸਾਡੇ ਹਰ ਸਿੱਖ ਦਾ ਬੰਦਾ, ਕਿਉਂਕਿ ਇਹ ਜਿਹੜਾ ਹੁਕਮ ਦਾ ਕੰਮ ਹੋਇਆ ਇਹ ਸਾਡੇ ਵੱਲ ਨਹੀਂ, ਉਹ ਗੁਰੂ ਸਾਹਿਬਾਨਾਂ ਨੇ ਵੀ ਇਸ ਹੁਕਮ ਅਕਾਲ ਤਖ਼ਤ ਦਾ ਮੰਨਿਆ ਹੈਗਾ। ਅਤੇ ਫਿਰ ਸਾਨੂੰ ਸਭ ਨੂੰ ਸਿੱਖ ਜਗਤ ਨੂੰ ਜਦੋਂ ਵੀ ਹੁਕਮ ਅਕਾਲ ਤਖ਼ਤ ਹੋਵੇ ਸਾਨੂੰ ਉਹ ਮੰਨਣਾ ਚਾਹੀਦਾ। ਅਤੇ ਮੇਰੀ ਗੁਜ਼ਾਰਿਸ਼ ਹੈਗੀ ਕਿ ਤੁਸੀਂ ਹਮੇਸ਼ਾ ਜੋ ਸੈਂਟਰ ਹੈਗਾ ਉਹਦੇ ਨਾਲ ਤੁਸੀਂ ਚਲੋ, ਔਰ ਪੋਸੇ ਦੀ ਸਤਮੀ ਵਾਲੇ ਦਿਨ, ਜਿਸ ਤਰ੍ਹਾਂ ਅਸੀਂ ਗੁਰੂ ਨਾਨਕ ਦੇਵ ਜੀ ਦਾ ਕੱਤਕ ਦੀ ਪਰਮਾਸ਼ੀ ਵਾਲੇ ਦਿਨ ਗੁਰਪੁਰਬ ਮਨਾਉਂਦੇ ਹਾਂ, ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਤਾਂ ਪੋਸੋ ਦੀ ਸਤਮੀ ਦੇ ਦਿਨ ਹੋਇਆ, ਅਤੇ ਫਿਰ ਕਿਉਂ ਨਹੀਂ ਅਸੀਂ ਪੋਸੋ ਦੀ ਸਤਮੀ ਵਾਲੇ ਦਿਨ ਹੀ ਗੁਰੂ ਗੋਬਿੰਦ ਸਾਹਿਬ ਜੀ ਦਾ ਵੀ ਜਨਮ ਦਿਨ ਜਾਂ ਗੁਰਪੁਰਬ ਦਿਹਾੜਾ ਮਨਾਈਏ। ਔਰ ਇਸੀ ਤਰ੍ਹਾਂ ਮੈਂ ਸਭ ਸਾਧ ਸੰਗਤਾਂ ਕੋਲੋਂ ਰਿਕੁਐਸਟ ਕਰਨਾ ਹੈਗਾ ਕਿ ਉਹ ਗੁਰੂ ਨਾਨਕ ਦਰਬਾਰ ਲੌਂਗ ਐਲਮਿੰਟ ਵਿੱਚ ਆਇਆ ਕਰਨ ਔਰ ਉੱਥੇ ਆਪਣੇ ਬਲੈਸਿੰਗ ਲਿਆ ਕਰਨ, ਕਿਉਂਕਿ ਹਰ ਐਵਰੀ ਡੇ ਆਲਮੋਸਟ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਕੀਰਤਨ ਦਰਬਾਰ ਚੱਲਦਾ ਰਹਿੰਦਾ ਹੈਗਾ। ਬਹੁਤ ਸੰਗਤਾਂ ਉਤਸ਼ਾਹ ਨਾਲ ਆਉਂਦੀਆਂ ਨੇ, 350 ਸਾਲ ਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਉਤਸ਼ਾਹ ਨਾਲ ਮਨਾਇਆ। ਸ਼ਾਇਦ ਤੁਸੀਂ ਉਹ ਫੇਸਬੁੱਕ 'ਤੇ ਔਰ ਇੰਟਰਨੈਟ 'ਤੇ ਤੁਸੀਂ ਦੇਖਿਆ ਹੋਵੇ। ਮੇਰੀ ਇਹ ਇੱਕ ਸਭ ਨੂੰ ਬੇਨਤੀ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।